ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਟਰੈਕਟਰ ਬਾਜ਼ਾਰ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਦਾ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਪਣੀ ਹਰੇਕ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਵੇ ਅਤੇ ਜੁੜੇ ਰਹੋ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ ਹੋਰ ਨਵੀਆਂ ਵੀਡੀਓ ਦੇਖਣ ਹਾਂਜੀ ਸਤਿ ਸ੍ਰੀ ਅਕਾਲ ਵੀਰੋ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟਰੈਕਟਰ ਬਾਜ਼ਾਰ ਦੇ ਵਿੱਚ ਵੀਰੋ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ 87876196625 ਤੁਹਾਡੇ ਕੋਲ ਕੋਈ ਵੀ ਖੇਤੀਬਾੜੀ ਵਾਲਾ ਸੰਤ ਜਿਵੇਂ ਕਿ ਟਰੈਕਟਰ ਹਾਲ ਤਵੀਆਂ ਸੁਹਾਗਾ ਜ਼ਮੀਨ ਪਲਾਟ ਰੋਟਾਵੇਟਰ ਕੰਪਾਈਨ ਵਗੈਰਾ ਤੂੜੀ ਵਾਲਾ ਰੀਪਰ ਕਿਸੇ ਵੀ ਸਾਈਜ਼ ਦਾ ਟਰਾਲਾ ਜਾਂ ਟਰੋਲੀ سیل ਵਾਸਤੇ ਹੈ ਉਸ ਦੀ ਐਡ ਆਪਣੇ ਚੈਨਲ ਟਰੈਕਟਰ ਬਾਜ਼ਾਰ ਤੇ ਕਰਵਾਉਣਾ ਚਾਹੁੰਦੇ ਹੋ ਹਰੇਕ ਸਾਧਨ ਦੇ ਬਿਰੂ 5 ਤੋਂ 6 ਫੁੱਟ ਮਾਤੇ ਬਾਕੀ ਬਣਦੀ ਜਾਣਕਾਰੀ ਭੇਜ ਕੇ ਬਿਲਕੁਲ ਫ੍ਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਜੀ ਆਪਣੇ ਚੈਨਲ ਟਰੈਕਟਰ ਬਾਜ਼ਾਰ ਦੇ ਉੱਪਰ ਫ੍ਰੀ ਦੇ ਵਿੱਚ ਐਡ ਕੀਤੀ ਜਾਊਗੀ ਜੋ ਵੀ ਸਾਧਨ ਦਾ ਰੇਟ ਭੇਜਣਾ ਸਹੀ ਮਾਰਕੀਟ ਵੈਲਿਊ ਸਾਹਿਬ ਨਾਲ ਜੋ ਚੀਂਦੇ ਸੀ ਐਡ ਦੇ ਵਿੱਚ ਰੇਟ ਦਿਖਾਵਾਂਗੇ ਕਿਸੇ ਵੀ ਚੀਜ਼ ਦਾ ਫਿਕਸ ਰੇਟ ਨਹੀਂ ਹੁੰਦਾ ਹਰ ਇੱਕ ਚੀਜ਼ ਦਾ ਇਹ ਮੌਕੇ ਤੇ ਕੱਟ ਕੀਤਾ ਜਾਂਦਾ ਹੈ। ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਆ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਟਰੈਕਟਰ ਬਾਰੇ। ਇਹ ਟਰੈਕਟਰ ਦੀ ਵੀਰੋ ਪਹਿਲਾਂ ਥੋੜੀ ਜਾਣਕਾਰੀ ਦੀ ਇਸ ਮਿਸਟੇਕ ਹੋਣ ਕਰਕੇ ਦੁਬਾਰਾ ਵੀਡੀਓ ਆਈ ਹੈ। ਮਾਡਲ ਦੀ ਆਪਾਂ ਜੇਕਰ ਗੱਲ ਕਰੀਏ 2020 ਮਾਡਲ ਟਰੈਕਟਰ ਹੈ ਜੀ 2020 ਮਾਡਲ। ਕੰਡੀਸ਼ਨ ਸਾਰੀ ਬਿਲਕੁਲ ਓਕੇ ਹੈ। ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਟਰੈਕਟਰ। 370 ਘੰਟੇ ਟਰੈਕਟਰ ਟੋਟਲੀ ਸਾਰਾ ਚੱਲਿਆ ਹੋਇਆ 370 ਘੰਟੇ ਜੀ। ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 98% ਟਾਇਰ ਨੇ ਨਾਲ ਦੇ ਟੈਰੀਓ ਕੰਪਨੀ ਫਿਟਡ ਆਏ ਨੇ ਬਿਲਕੁਲ ਸ਼ੋਰੂਮ ਪੀਸ ਹੈ ਟਰੈਕਟਰ ਕਿਸੇ ਪ੍ਰਕਾਰ ਦਾ ਕੋਈ ਵੀ ਚੇਂਜਸ ਨਹੀਂ ਬਿਲਕੁਲ オリジナル ਹੈ ਟੋਟਲੀ ਪਾਵਰ ਸ਼ੇਅਰਿੰਗ ਡਬਲ ਕਲਚ ਰਿਵਰਸ ਪੀਟੀਓ ਤੇਲ ਵਾਲੀਆਂ ਬ੍ਰੇਕਾਂ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ 3 ਸਪੀਡ ਦੇ ਵਿੱਚ ਟਰੈਕਟਰ ਹੈ ਜੀ ਟੌਪ ਮਾਡਲ ਟਰੈਕਟਰ ਹੈ ਫਾਈਬਰ ਵਾਲੀ ਛਤਰੀ ਲੱਗਿਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਸਾਰੀ ਐਕਸੈਸਰੀ ਇਸੇ ਤਰ੍ਹਾਂ ਨਾਲ ਮਿਲੂਗੀ ਮਿਊਜ਼ਿਕ ਸਿਸਟਮ ਹੋਰ ਐਲਈਡ ਲਾਈਟਸ ਵਗੈਰਾ ਜੋ ਲੱਗੇ ਨੇ ਸਾਰੀਆਂ ਨਾਲ ਮਿਲਣਗੀਆਂ 7,50,000 ਰੁਪਏ ਬਿਰਮਲੂ ਕੀਮਤ ਰੱਖੀ ਗਈ ਹੈ ਟਰੈਕਟਰ ਦੀ ਜੀ 7,50,000 ਰੁਪਏ ਗਿੱਦੜਵਹਾ ਏਰੀਆ ਵਿਰਾਂ ਦਾ ਔਰ ਵਿਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਹੈ ਉਸ ਨੂੰ ਨੋਟ ਕਰਕੇ ਵਿਰਾਂ ਨਾਲ ਕੰਟੈਕਟ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਪੰਜਾਬ ਨੰਬਰ ਟਰੈਕਟਰ ਹੈ ਜੀ ਪੇਪਰ ਵਗੈਰਾ ਮੌਕੇ ਦੇ ਟਰੈਕਟਰ ਦੇ ਕੰਪਲੀਟ ਮਿਲ ਜਾਣਗੇ ਹਾਂਜੀ ਵੀਰੋ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਸੋਨਲਿਕਾ 750 ਡੀਆਈ ਟਰੈਕਟਰ ਬਾਰੇ ਸੋਨਲਿਕਾ 750 ਡੀਆਈ ਟਰੈਕਟਰ ਸੇਲਵਸ ਤੇ ਹੈ ਜੀ 2009 ਮਾਡਲ 2009 ਮਾਡਲ ਟਰੈਕਟਰ ਹੈ ਜੀ ਫੋਟੋਮਾ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਕੰਡੀਸ਼ਨ ਚੈੱਕ ਕਰ ਸਕਦੇ ਹੋ ਪੇਂਟ ਵਗੈਰਾ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 80% ਟਾਇਰ ਨੇ ਟਰੈਕਟਰ ਦੇ ਚਾਰੋਂ ਟਾਇਰ ਸੇਮ ਕੰਡੀਸ਼ਨ ਚ ਨੇ ਸਾਫ਼ ਵਧੀਆ ਬੇਦਾਗ ਟਾਇਰ ਨੇ ਜੀ ਰੰਗ ਪੇਂਟ ਵਗੈਰਾ ਟਰੈਕਟਰ ਦਾ ਟੋਟਲੀ origignal ਹੈ ਸਿੰਪਲ ਸਟੀering ਹੈ ਟਰੈਕਟਰ ਸੁੱਕੀਆਂ ਬ੍ਰੇਕਾਂ ਨੇ ਰਿਵਰਸ ਪੀਟੀਓ ਹੈ ਡਬਲ ਕਲਚ ਹੈ ਜੀ ਪੰਜਾਬ ਨੰਬਰ ਟਰੈਕਟਰ ਜੀ ਪੇਪਰ ਵਗੈਰਾ ਕੰਪਲੀਟ ਮਿਲ ਜਾਣਗੇ ਡਾਕੂਮੈਂਟਸ ਕੰਪਲੀਟ ਮਿਲ ਜਾਣਗੇ ਮੌਕੇ ਤੇ ਡੈਕ ਲੱਗਿਆ ਹੋਇਆ ਟਰੈਕਟਰ ਦੇ ਉੱਪਰੋਂ ਨਾਲ ਨਹੀਂ ਦੇਣਾ ਵੀਰਾਂ ਨੇ ਮੀਰ ਸਿਸਟਮ ਨਾਲ ਨਹੀਂ ਦੇਣਾ ਜੀ ਬਾਕੀ ਟਰੈਕਟਰ ਨੂੰ ਖਰੀਦਣ ਸਮੇਂ ਮੌਕੇ ਤੇ ਵਾਕੇ ਚਲਾ ਕੇ ਚੈੱਕ ਕਰਕੇ ਪੂਰੀ ਫੁੱਲ ਸੰਤੁਸ਼ਟੀ ਕਰਕੇ ਖਰੀਦ ਸਕਦੇ ਹੋ ਜੀ ਟਰੈਕਟਰ ਦੇ ਮਾਲਕ ਵੱਲੋਂ ਪੂਰੀ ਫੁੱਲ ਗਾਰੰਟੀ ਦਿੱਤੀ ਗਈ ਹੈ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਬਾਡੀ ਚ ਅਸੀਂ ਲਿੰਕਾ ਦਾ ਟਰੈਕਟਰ ਬਿਲਕੁਲ ਓਕੇ ਹੈ ਜੀ ਪੇਂਟ ਵਗੈਰਾ ਦੇਖ ਸਕਦੇ ਹੋ ਸਾਫ ਕੰਡੀਸ਼ਨ ਦੇ ਵਿੱਚ ਪੇਂਟ ਪੈ ਟਰੈਕਟਰ ਦਾ ਬਾਕੀ ਮੌਕੇ ਤੇ ਖਰੀਦਣ ਸਮੇ ਟਰੈਕਟਰ ਨੂੰ ਬਾਹ ਕੇ ਚਲਾ ਕੇ ਚੈੱਕ ਕਰਕੇ ਪੂਰੀ ਫੁਲਸਨ ਤਸਤੀ ਕਰ ਸਕਦੇ ਹੋ ਸਾਈਡ ਗੀਅਰ ਟਰੈਕਟਰ ਜੀ ਪੰਜਾਬ ਨੰਬਰ ਹੈ ਟਰੈਕਟਰ ਦੀ ਕੀਮਤ ਦੀ ਗੱਲ ਕਰੀਏ ਵੀਰਾਂ ਵੱਲੋਂ ਰੇਟ ਰੱਖਿਆ ਗਿਆ ਟਰੈਕਟਰ ਦਾ 330000 ਰੁਪਿਆ ਬਾਕੀ ਵੀਰ ਮੌਕੇ ਤੇ ਐਡਜਸਟ ਕਰ ਲੈਣਗੇ ਵੀਰਾਂ ਦਾ ਏਰੀਆ ਜੋ ਧੂਰੀ ਏਰੀਆ ਵੀਰਾਂ ਦਾ ਧੂਰੀ ਏਰੀਆ ਵੀਰਾਂ ਦਾ ਔਰ ਵੀਰਾਂ ਦਾ ਮੋਬਾਈਲ ਨੰਬਰ ਹੈ ਜੋ ਉਹ ਐਸਐਮਐਸ ਸਕਰੀਨ ਦੇ ਉੱਪਰ ਸ਼ੋਰ ਹੈ ਉਸ ਨੂੰ ਓਟ ਕਰਕੇ ਵੀਰਾਂ ਨਾਲ ਕੰਟੈਕਟ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਆ ਮਹਿੰਦਰਾ 585 DI ਟਰੈਕਟਰ ਸਿਲਵਰਸ ਤੇ ਜੀ ਮਹਿੰਦਰਾ 585 2001 ਮਾਡਲ ਟਰੈਕਟਰ ਹੈ ਜੀ ਡਬਲ ਕਲੱਚ ਟਰੈਕਟਰ ਹੈ 2001 ਮਾਡਲ ਡਬਲ ਕਲੱਚ ਟਾਇਰ 90% ਨੇ ਟਰੈਕਟਰ ਦੇ ਜੀ ਗੁੱਡਇਰ ਕੰਪਨੀ ਦੇ ਟਾਇਰ ਨੇ ਟਾਇਰ ਨਿਊ ਕੰਡੀਸ਼ਨ ਚ ਨੇ 90% ਨੇ ਜੀ ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਪੂਰੀ ਫੁੱਲ ਗਾਰੰਟੀ ਦਿੱਤੀ ਗਈ ਹੈ ਬਰਾ ਵੱਲੋਂ ਪੇਂਟ ਵਗੈਰਾ オリジナル ਹੈ ਫਰਸਟ ਓਨਰ ਹੈ ਪਹਿਲੇ ਬਿਰਾਂ ਦੇ ਨਾਂ ਹੈ ਪਹਿਲੇ ਘਰੇ ਟਰੈਕਟਰ ਬਿਰਾਂ ਨੇ ਨਗਦ ਕੈਸ਼ ਦੀ ਕੜਾਇਆ ਸੀ 2001 ਦੇ ਵਿੱਚ ਕੋਈ ਲੋਨ ਨਹੀਂ ਹੈਗਾ ਤੇ ਪਹਿਲੇ ਘਰੇ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ ਜੀ ਪੇਪਰ ਵਗੈਰਾ ਕੰਪਲੀਟ ਮਿਲ ਜਾਣਗੇ ਟਰੈਕਟਰ ਦੇ ਮੌਕੇ ਤੇ ਟਰੈਕਟਰ ਨੂੰ ਖਰੀਦਣ ਸਮੇ ਮੌਕੇ ਤੇ ਵਾ ਕੇ ਚਲਾ ਕੇ ਦੇਖ ਸਕਦੇ ਹੋ ਕੋਈ ਦਿੱਕਤ ਵਗੈਰਾ ਨਹੀਂ ਸਿੰਪਲ ਟਰੈਕਟਰ ਹੈ ਕਿਸੇ ਪ੍ਰਕਾਰ ਦੇ ਟਰੈਕਟਰ ਦੇ ਵਿੱਚ ਕੋਈ ਮੋਡੀਫਿਕੇਸ਼ਨ ਨਹੀਂ ਹੈਗੀ ਜੈਨੂਨ ਟਰੈਕਟਰ ਹੈ ਜੀ ਸਾਰਾ ਜੈਨੂਨ ਪਾਰਟਸ ਵਗੈਰਾ ਨਾਲ ਮਿਲਣਗੇ ਜੈਨੂਨ ਸਾਰੀਆਂ ਚੀਜ਼ਾਂ ਨਾਲ ਮਿਲ ਗਈਆਂ ਟਰੈਕਟਰ ਦੀ ਵੀਰੋ ਕੀਮਤ ਦੀ ਜੇਕਰ ਆਪਾਂ ਗੱਲ ਕਰੀਏ ਰੇਟ ਰੱਖਿਆ ਗਿਆ ਟਰੈਕਟਰ ਦਾ ਵੀਰਾਂ ਵੱਲੋਂ 242000 ਰੁਪਇਆ 242000 ਰੁਪਇਆ ਡਿਮਾਂਡ ਹੈ ਵੀਰਾਂ ਦੀ ਬਾਕੀ ਵੀਰ ਮੌਕੇ ਤੇ ਐਡਜਸਟ ਕਰ ਲੈਣਗੇ ਡਿਸਕਾਊਂਟ ਕਰ ਦੇਣਗੇ ਵੀਰਾਂ ਦਾ ਏਰੀਆ ਜੋ ਭਗਤਾ ਭਾਈ ਏਰੀਆ ਹੈ ਵੀਰਾਂ ਦਾ ਭਗਤਾ ਭਾਈ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਤੁਸ ਨੂੰ ਨੋਟ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਹਾਂਜੀ ਵੀਰੋ ਜੋ ਵੀਰਾਂ ਨੇ ਹਲ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਵੀਡੀਓ ਚੱਲ ਜਾਈ ਜਦ ਨੂੰ ਸ਼ੇਅਰ ਕਰ ਦਿਆ ਕਰੋ ਤਾਕੀ ਵੱਧ ਤੋਂ ਵੱਧ ਵੀਰ ਆਪਣੇ ਚੈਨਲ ਟ੍ਰੈਕਟਰ ਯਾਰ ਦਿਨਾਂ ਜੁੜ ਸਕਣ ਤੇ ਨਵੇਂ-ਨਵੇਂ ਚੀਜ਼ ਤੁਹਾਡੇ ਲਈ ਲੈ ਕੇ ਆ ਸਕੀਏ ਇਸ ਕਰਕੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਆ ਕਰੋ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਆ ਜਾਮਾ ਮੋਟਰਸਾਈਕਲ ਸੇਲ ਵਾਸਤੇ ਹੈ ਜੀ RX 100 ਜਾਮਾ ਮੋਟਰਸਾਈਕਲ ਸੇਲ ਵਾਸਤੇ ਹੈ ਕੰਡੀਸ਼ਨ ਚੈੱਕ ਕਰ ਸਕਦੇ ਹੋ ਜੀ ਬਿਲਕੁਲ ਸਾਫ਼ ਕੰਡੀਸ਼ਨ ਹੈ ਫੋਟੋਆਂ ਵਿੱਚ ਸਕਰੀਨ ਤੇ ਸ਼ੋ ਹੋ ਰਹੀਆਂ ਨੇ 1990 ਮਾਡਲ ਮੋਟਰਸਾਈਕਲ ਹੈ ਜੀ ਜਾਮਾ ਮੋਟਰਸਾਈਕਲ 1990 ਮਾਡਲ ਟਾਇਰਾਂ ਦੀ ਕੰਡੀਸ਼ਨ ਦੀ ਜੇਕਰ ਗੱਲ ਕਰੀਏ ਫਰੰਟ ਵਾਲਾ ਟਾਇਰ ਹੈ ਜੋ 65% ਹੈ ਬੈਕ ਵਾਲਾ ਟਾਇਰ 70% ਹੈ ਆਰ ਸੀ ਇਨਵੈਲਿਡ ਹੈਗੀ ਕੰਡੀਸ਼ਨ ਸਾਰੀ ਓਕੇ ਹੈ ਫੁੱਲ ਮੋਡੀਫਾਈ ਹੋਇਆ ਪੰਜਾਬ ਨੰਬਰ ਹੈ ਪੀਬੀ02 ਨੰਬਰ ਹੈ ਫੁੱਲ ਮੋਡੀਫਿਕੇਸ਼ਨ ਹੋਈ ਹੈ ਜਾਮੇ ਦੀ ਬਿਲਕੁਲ ਸਾਰੇ ਪਾਰਟਸ ਵਗੈਰਾ ਓਕੇ ਹੈ ਲਾਅਰ ਵੀ ਲੱਗੇ ਹੋਏ ਨੇ ਇੰਜਨ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਬਾਕੀ ਸਾਰੇ ਪਾਰਟਸ ਵਗੈਰਾ ਸਾਰੇ ਬਿਲਕੁਲ ਵਧੀਆ ਮੋਡੀਫਿਕੇਸ਼ਨ ਹੋਈ ਹੈ ਪੇਂਟ ਵਗੈਰਾ ਵਧੀਆ ਕੁਆਲਟੀ ਜਿਹਾ ਹੈ ਮੌਕੇ ਤੇ ਖਰੀਦਣ ਸਮੇਂ ਚਲਾ ਕੇ ਟੈਸਟ ਡਰਾਈਵ ਲੈ ਕੇ ਚੈੱਕ ਕਰਕੇ ਸੰਤੁਸ਼ਟੀ ਕਰਕੇ ਖਰੀਦ ਸਕਦੇ ਹੋ ਜੀ ਵਧੀਆ ਕੰਡੀਸ਼ਨ ਚਾਲਦਾ ਵੀਰਾਂ ਦੇ ਅਨੁਸਾਰ ਕੋਈ ਦਿੱਕਤ ਵਗੈਰਾ ਨਹੀਂ ਹੈਗੀ ਪੰਜਾਬ ਨੰਬਰ ਹੈ ਜੀ ਡਾਕੂਮੈਂਟਸ ਵਗੈਰਾ ਮੌਕੇ ਤੇ ਮਿਲ ਜਾਣਗੇ ਬਾਕੀ ਮੌਕੇ ਤੇ ਪੂਰੀ ਆਦੇ ਚੈਕਿੰਗ ਕਰਕੇ ਸੰਤੁਸ਼ਟੀ ਕਰਕੇ ਖਰੀਦ ਸਕਦੇ ਹੋ ਕੀਮਤ ਦੀ ਗੱਲ ਕਰੀਏ 40000 ਰੁਪਏ ਡਿਮਾਂਡ ਰੱਖਿਆ ਵੀਰਾਂ ਨੇ 40000 ਰੁਪਏ ਵਿਰਾਂ ਦਾ ਏਰੀਆ ਜੋ ਬਟਾਲਾ ਜੋ ਗਰਦਾਸਪੁਰ ਏਰੀਆ ਚ ਪੈਂਦਾ ਜੀ ਗਰਦਾਸਪੁਰ ਦੇ ਵਿੱਚ ਬਟਾਲਾ ਏਰੀਆ ਵਿਰਾਂ ਦਾ ਵਿਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਸਨੋਟ ਕਰਕੇ ਵਿਰਾਂ ਨਾਲ ਕੰਟੈਕਟ ਕਰਕੇ ਤੁਸੀਂ ਇਹ ਮੋਟਰਸਾਈਕਲ ਨੂੰ ਖਰੀਦ ਸਕਦੇ ਹੋ ਮੋਟਰਸਾਈਕਲ ਸੰਬੰਧੀ ਕਿਸੇ ਮੇਰੇ ਵੀਰ ਨੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਇਸੇ ਨੰਬਰ ਦੇ ਕੰਟੈਕਟ ਕਰਕੇ ਵਿਰਾਂ ਤੋਂ ਬਾਕੀ ਜਾਣਕਾਰੀ ਮੇਰਾ ਵੀਰ ਪ੍ਰਾਪਤ ਕਰ ਸਕਦਾ ਹੈ ਜੀ ਕੰਡੀਸ਼ਨ ਵਗੈਰਾ ਚੈੱਕ ਕਰ ਸਕਦੇ ਹੋ ਸਾਫ਼ ਕੰਡੀਸ਼ਨ ਚ ਹੈ ਜੀ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਆ ਆਲਟੋ LXI 2011 ਮਾਡਲ ਗੱਡੀ ਸਿਲਵਰਸ ਤੇ ਹੈ ਜੀ ਆਲ オリジナル ਗੱਡੀ ਹੈ ਵੀਰਾਂ ਦੇ ਦੱਸ ਅਨੁਸਾਰ ਬਿਲਕੁਲ ਨਿਊ ਬੈਟਰੀ ਲੱਗੀ ਹੋਈ ਹੈ ਗੱਡੀ ਨੂੰ ਬਿਲਕੁਲ ਨਵੇਂ ਟਾਇਰ ਨੇ ਜੀ 70000 ਕਿਲੋਮੀਟਰ ਗੱਡੀ ਟੋਟਲੀ ਚੱਲੀ ਹੋਈ ਹੈ ਫੁੱਲ ਇੰਸ਼ੋਰੈਂਸ ਹੋਇਆ ਹੈ ਸੀਐਨਜੀ オリジナル ਕਿੱਟ ਲੱਗੀ ਹੋਈ ਹੈ ਗੱਡੀ ਦੇ ਵਿੱਚ オリジナル ਸੀਐਨਜੀ ਕਿੱਟ ਲੱਗੀ ਹੋਈ ਹੈ ਗੱਡੀ ਨੂੰ ਖਰੀਦਣ ਸਮੇ ਮੌਕੇ ਤੇ ਚਲਾ ਕੇ ਟੈਸਟ ਡਰਾਈਵ ਲੈ ਕੇ ਪੂਰੀ ਫੁੱਲ ਸੰਤੁਸ਼ਟੀ ਕਰਕੇ ਖਰੀਦ ਸਕਦੇ ਹੋ ਟਾਇਰ ਚਾਰੋ ਬਿਲਕੁਲ ਨਵੇਂ ਨੇ ਨਵੀਂ ਬੈਟਰੀ ਹੈ ਜੀ ਟੋਟਲੀ origignal ਹੈ 2011 ਮਾਡਲ LXI ਗੱਡੀ ਹੈ ਪੇਪਰ ਵਗੈਰਾ ਸਾਰੇ ਮੌਕੇ ਤੇ ਕੰਪਲੀਟ ਮਿਲ ਜਾਣਗੇ ਔਰ ਅੰਦਰੋਂ ਸੀਟ ਕਵਰ ਮੈਟਿੰਗ ਵਗੈਰਾ ਓਕੇ ਕੰਡੀਸ਼ਨ ਚ ਹੈ ਇੰਟੀਰੀਅਰ ਓਕੇ ਹੈ AC ਹੀਟਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਜੀ ਪੇਂਟ ਵਗੈਰਾ ਦੀਆਂ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀ ਹੈ ਪੇਂਟ ਵਗੈਰਾ ਗੱਡੀ ਦਾ ਚੈੱਕ ਕਰ ਸਕਦੇ ਹੋ ਇੰਜਨ ਦੀ ਕੰਡੀਸ਼ਨ ਵੀ ਸਕਰੀਨ ਦੇ ਉੱਪਰ ਸ਼ੋ ਹੋ ਰਹੀ ਹੈ PV03 ਨੰਬਰ ਹੈ ਗੱਡੀ ਦਾ ਜੀ ਡਾਕੂਮੈਂਟਸ ਕੰਪਲੀਟ ਮਿਲ ਜਾਣਗੇ ਗੱਡੀ ਤੇ ਫੁੱਲ ਇੰਸ਼ੋਰੈਂਸ ਹੋਇਆ ਕੀਮਤ ਦੀ ਗੱਲ ਕਰੀਏ 1,77,000 ਰੁਪਏ ਬਿਰਾਂਧੋਂ ਡਿਮਾਂਡ ਰੱਖੀ ਗਈ ਹੈ ਗੱਡੀ ਦੀ 1,77,000 ਰੁਪਏ ਬਾਕੀ ਵੀਰ ਮੌਕੇ ਤੇ ਐਡਜਸਟ ਕਰ ਲੈਣਗੇ ਅੰਦਰੋਂ ਡੈਸ਼ਬੋਰਡ ਦੀਆਂ ਸੀਟ ਕਵਰ ਵਗੈਰਾ ਦੀਆਂ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਕੰਡੀਸ਼ਨ ਵਗੈਰਾ ਸਾਰੀ ਦੇਖ ਸਕਦੇ ਹੋ ਜੀ ਬਿਰਾਂ ਦਾ ਏਰੀਆ ਜੋ ਡਿਸਟ੍ਰਿਕਟ ਮੋਗਾ ਦੇ ਵਿੱਚ ਮਾਨੋ ਕੇ ਪਿੰਡ ਹੈ ਬਿਰਾਂ ਦਾ ਡਿਸਟ੍ਰਿਕਟ ਮੋਗਾ ਦੇ ਵਿੱਚ ਮਾਨੋ ਕੇ ਪਿੰਡ ਵਿਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਹੈ ਉਸ ਨੂੰ ਓਟ ਕਰਕੇ ਵਿਰਾਂ ਨਾਲ ਕੰਟੈਕਟ ਕਰਕੇ ਤੁਸੀਂ ਇਹ ਗੱਡੀ ਨੂੰ ਖਰੀਦ ਸਕਦੇ ਹੋ ਗੱਡੀ ਸੰਬੰਧੀ ਮੇਰੇ ਕਿਸੇ ਵੀਰ ਨੂੰ ਕੋਈ ਹੋਰ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਇਸੇ ਨੰਬਰ ਤੇ ਕੰਟੈਕਟ ਕਰਕੇ ਵਿਰਾਂ ਤੋਂ ਬਾਕੀ ਜਾਣਕਾਰੀ ਮੇਰੇ ਵੀਰ ਲੈ ਸਕਦਾ ਜੀ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ ਜੀ 12 ਫੁੱਟ ਟਰਾਲਾ ਸੇਲ ਵਾਸਤੇ ਹੈ 12 ਵਾ 7 ਦਾ ਟਰਾਲਾ ਹੈ 12 ਫੁੱਟ ਲੰਬਾਈ ਦੇ ਵਿੱਚ ਹੈ 7 ਫੁੱਟ ਚੜਾਈ ਦੇ ਵਿੱਚ ਹੈ ਜੀ ਪੂਰਾ ਵਧੀਆ ਹੈਵੀ ਟਰਾਲਾ ਬਣਿਆ ਹੋਇਆ ਜੀ ਬਿਲਕੁਲ ਕੰਡੀਸ਼ਨ ਓਕੇ ਸਾਰੀ ਡਬਲ ਜੈਕ ਹੈ ਜੀ ਡਬਲ ਜੈਕ ਲੱਗਿਆ ਹੋਇਆ ਟਰਾਲੇ ਨੂੰ ਮੱਛੀ ਵਾਲੀ ਹੁੱਕ ਲੱਗੀ ਹੋਈ ਹੈ 10-5 ਦੇ ਗਾਰਡਰ ਲੱਗੇ ਹੋਏ ਨੇ ਰੇਲ ਦਾ ਹਿੱਸਾ ਲੱਗਿਆ ਹੋਇਆ ਜੀ 10 ਨਾਟੀ ਹੱਬ ਲੱਗੀ ਹੋਈ ਹੈ ਟਰਾਲੇ ਨੂੰ 10 ਨਾਟੀ 25-26 ਕੁਆਂਟਲ ਬੇਟਾ ਟਰਾਲੇ ਦੇ ਵਿੱਚ 25-26 ਕੁਆਂਟਲ ਬੇਟਾ ਜੀ ਬੇਦਾਗ ਸਾਫ਼ ਸੁਥਰੇ ਵਧੀਆ ਟਾਇਰ ਨੇ ਬਾਕੀ ਕੰਡੀਸ਼ਨ ਵਗੈਰਾ ਆ ਦੀ ਮੌਕੇ ਤੇ ਦੇਖ ਸਕਦੇ ਹੋ ਬਾਕੀ ਵੀਰਾਂ ਦੱਸਣ ਅਨੁਸਾਰ ਸਾਰੀ ਓਕੇ ਅੰਦਰੋਂ ਚਾਦਰ ਚੁੱਦਰ ਵਗੈਰਾ ਸਾਫ਼ ਕੰਡੀਸ਼ਨ ਚ ਹੈ ਕੀਮਤ ਦੀ ਜੇਕਰ ਆਪਾਂ ਗੱਲ ਕਰੀਏ ਬਿਰਾਂ ਵੱਲੋਂ ਕੀਮਤ ਰੱਖੀ ਗਈ ਹੈ ਟਰਾਲੇ ਦੀ 1,42,000 ਰੁਪਏ ਡਿਮਾਂਡ ਰੱਖੇ 1,42,000 ਰੁਪਏ ਬਾਕੀ ਵੀਰ ਮੌਕੇ ਤੇ ਡਿਸਕਾਊਂਟ ਕਰ ਲੈਣਗੇ ਜੀ ਬਿਰਾਂ ਦਾ ਏਰੀਆ ਜੋ ਮੁਹਾਲੀ ਏਰੀਆ ਬਿਰਾਂ ਦਾ ਮੁਹਾਲੀ ਏਰੀਏ ਦੇ ਵਿੱਚ ਬਿਰਾਂ ਕੋਲ ਟਰਾਲਾ ਸੇਲ ਵਾਸਤੇ ਹੈ ਬਾਕੀ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਸੋ ਨੋਟ ਕਰਕੇ ਵੀਰਾਂ ਦਾ ਕੰਟੈਕਟ ਕਰਕੇ ਟਰਾਲੇ ਨੂੰ ਖਰੀਦ ਸਕਦੇ ਹੋ ਜੀ ਹਾਂਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਪੂਰਾ ਦੇਖਣ ਲਈ ਜੋ ਮੇਰੇ ਵੀਰਾਂ ਨੇ ਹਜ ਤੱਕ ਆਪਣੇ ਚੈਨਲ ਟ੍ਰੈਕਟਰੀਆ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਵੀਡੀਓ ਦੇ ਨੀਚੇ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਕਲਿੱਕ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਆਪਣੀ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮੈਸੇਜ ਤੁਹਾਨੂੰ ਮਿਲਦਾ ਰਹੇ ਜੇਕਰ ਵੀਡੀਓ ਨੂੰ ਤੁਸੀਂ ਸ਼ੇਅਰ ਨਹੀਂ ਕੀਤਾ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਔਰ ਜੁੜੇ ਰਹੋ ਇਸ ਤਰ੍ਹਾਂ ਆਪਣੇ ਜੈ ਟ੍ਰੈਕਟਰੀਆ ਦੇ ਨਾਲ ਹੋਰ ਵੀਡੀਓ ਦੇਖਣ ਲਈ ਧੰਨਵਾਦ